ਟੌਫੀ ਦੇਣ ਤੋਂ ਬਾਅਦ ਜਿਹੜਾ ਹੈ ਸਫ਼ਰ ਜਿਹੜੀ ਹੈ ਪੜ੍ਹਾਈ ਦਾ ਕਿਵੇਂ ਜਿਹੜੀ ਹੈ ਸ਼ੁਰੂਆਤ ਹੋਈ ਹੈ? ਜਦੋਂ ਬੱਚੇ ਇਕੱਠੇ ਹੋ ਗਏ ਨਾ, ਫਿਰ ਮੈਂ ਇਹਨਾਂ ਦੇ ਨਾਲ ਡੋਰ ਟੂ ਡੋਰ ਇਹਨਾਂ ਦੇ ਘਰਾਂ 'ਚ ਗਈ ਹੈ। ਇਹਨਾਂ ਦੇ ਪੇਰੈਂਟਸ ਨੇ ਵੀ ਕਿਹਾ ਜੀ ਆਪਕੀ ਮਰਜ਼ੀ ਹੈ। ਫਿਰ ਮੈਂ ਬੱਚਿਆਂ ਨੂੰ ਲੈ ਕੇ ਉੱਥੇ ਫੁੱਟਪਾਥ 'ਤੇ ਹੀ ਬੈਠ ਗਈ। ਸਰਕਾਰੀ ਜਗ੍ਹਾ ਦੇ ਉੱਪਰ ਕਿਸੇ ਸਰਕਾਰੀ ਨੁਮਾਇੰਦੇ ਨੇ ਆ ਕੇ ਤੁਹਾਨੂੰ ਬੋਲਿਆ ਨਹੀਂ ਵੀ ਇਹ ਜਗ੍ਹਾ 'ਤੇ ਜਿਹੜਾ ਸਰਕਾਰੀ ਜਗ੍ਹਾ ਨਾ ਪੜਾਇਆ ਜਾਵੇ? ਇੱਕ ਦੋ ਨੇ ਓਬਜੈਕਸ਼ਨ ਚੁੱਕਿਆ, ਪਰ ਜਿਹੜੇ ਵਿੱਚੋਂ ਅੱਛੇ ਹੈਗੇ ਸਨ ਲੋਕ, ਜਾਂ ਸੂਝਵਾਨ ਜਾਂ ਪੜ੍ਹੇ ਲਿਖੇ, ਜੋ ਮਰਜ਼ੀ ਸਮਝੋ, ਉਹ ਕਹਿੰਦੇ ਸੀ ਵੀ ਇਹਦੇ ਦੱਸੋ ਮਾੜਾ ਕੰਮ ਕੀ ਕਰ ਰਹੇ ਨੇ। ਸਰਕਾਰ ਦਾ ਕੋਈ ਸਹਿਯੋਗ ਰਿਹਾ ਕਿ ਨਹੀਂ ਰਿਹਾ ਹੁਣ ਖਾਸ ਤੌਰ ਤੇ? ਸ਼ੁਰੂ ਸ਼ੁਰੂ ਬਹੁਤ ਮੁਸ਼ਕਿਲਾਂ ਆਈਆਂ, ਤੇ ਹੁਣ ਤਾਂ ਮੇਰਾ ਖਿਆਲ ਹੈ ਸ਼ਹਿਰ ਦੀ ਕੋਈ ਸੰਸਥਾ ਨਹੀਂ ਜਿਹੜੀ ਨਾ ਆਈ ਹੋਵੇ। ਵੇਖੋ ਸਾਡਾ ਖਾਸ ਪ੍ਰੋਗਰਾਮ ਆਓ ਗੱਲਾਂ ਕਰੀਏ, ਐਤਵਾਰ ਸ਼ਾਮ 4 ਵਜੇ ਤਿਰਪੀ ਟੈਲੀਕਾਸਟ, ਸ਼ਨੀਵਾਰ ਦੁਪਹਿਰ 2 ਵਜੇ ਸਿਰਫ ਚੜ੍ਹਦੀ ਕਲਾ ਟਾਈਮ ਟੀਵੀ ਤੇ। ਗੁਰਬਾਣੀ News, music, entertainment show, ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ Play Store ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।